ਭਵਾਨੀਗੜ੍ਹ ਦੇ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਦੇ ਕਾਰਨ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਘਰਾਚੋ ਦੀ ਇਹ ਘਟਨਾ ਹੈ, ਜਿੱਥੇ ਕਿ ਰਾਤ 8:30 ਇੱਕ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਪਰਿਵਾਰ ਦੇ ਵਿੱਚ 3 ਮੈਂਬਰ ਮੌਜੂਦ ਸਨ, ਜਿਹੜੇ ਕਿ ਬੈਠੇ ਹੋਏ ਸਨ ਇਕੱਠੇ, ਅਤੇ ਅਚਾਨਕ ਉੱਪਰ ਛੱਤ ਡਿੱਗ ਜਾਂਦੀ ਹੈ, ਜਿਸ ਕਾਰਨ ਨੀਚੇ ਦੱਬ ਜਾਂਦੇ ਨੇ 3 ਦੇ 3 ਜੀ, ਅਤੇ ਜਿਨ੍ਹਾਂ ਨੂੰ ਜਦੋਂ ਬਾਹਰ ਕੱਢਿਆ ਗਿਆ ਤਾਂ ਬਜ਼ੁਰਗ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਦੋਵਾਂ ਦੀ ਹਾਲਤ, ਨੂੰ ਪੁੱਤ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ PGI ਰੈਫਰ ਕਰ ਦਿੱਤਾ ਗਿਆ ਹੈ। ਤਾਂ ਬੇਹੱਦ ਹੀ ਮਨਭਾਗੀ ਗੱਲ ਹੈ ਕਿ ਇੱਕ ਮਕਾਨ ਦੀ ਛੱਤ ਡਿੱਗਣ ਦੇ ਕਾਰਨ ਇੱਕ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਗਈ। ਤਾਂ ਇਸ ਮੌਕੇ ਘਟਨਾ ਸਥਲ 'ਤੇ ਮੌਜੂਦ ਲੋਕਾਂ ਨਾਲ ਜਦੋਂ ਇਸ ਘਟਨਾ ਬਾਬਤ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। ਕੀ ਘਟਨਾ ਹੋਈ ਜੀ ਰਾਤ? ਇਹ ਘਟਨਾ ਰਾਤ 8:30 ਦੀ ਘਟਨਾ ਜੀ, ਪਿੰਡ ਘਰਾਚੋਂ ਦੇ ਵਿੱਚ ਚਾਂਦਪੱਤੀ ਦੇ ਵਿੱਚ ਅਮਰੀਕ ਸਿੰਘ ਦੇ ਘਰ ਦੇ ਵਿੱਚ, ਜੋ ਆਪਣੀ ਮਾਤਾ ਦੇ ਕੋਲ ਬੈਠੇ ਸੀਗੇ। ਮਾਤਾ ਜੀ ਬਿਮਾਰ, ਥੋੜ੍ਹਾ ਜਿਹਾ ਸਿਹਤ ਤੋਂ ਡਾਊਨ ਸੀ, ਉਹਨਾਂ ਦਾ ਪਤਾ ਸਦਾ ਲੈ ਕੇ 8:30 ਅੰਦਰ ਬੈਠੇ ਸੀਗੇ, ਅਤੇ ਰਾਤ ਨੂੰ ਚਾਨਚੱਕ ਇੱਟ ਬਾਲੇ ਦੀ ਸੱਤ ਪਾਈ ਹੋਈ ਸੀ, ਜਿਹੜੀ ਗਾਡਰਾਂ ਸਮੇਤ ਸਾਰੀ ਦੀ ਸਾਰੀ ਸੱਤ ਉਹਨਾਂ ਦੇ ਉੱਪਰ ਡਿੱਗ ਗਈ, ਅਤੇ ਜਿਸ ਦੇ ਵਿੱਚ ਮਾਤਾ ਜੀ ਅਤੇ ਸਾਡੀ ਚਾਚੀ ਜੀ ਹਰਜਿੰਦਰ ਕੌਰ ਅਤੇ ਚਾਚਾ ਜੀ ਅਮਰੀਕ ਸਿੰਘ, ਅਤੇ ਤਿੰਨਾਂ ਦੇ ਉੱਪਰ ਸੱਤ ਡਿੱਗ ਗਈ, ਜਿਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ, ਜਿਨ੍ਹਾਂ ਨੂੰ ਰਾਤ ਅਸੀਂ 1 ਘੰਟਾ ਖੱਜਲ ਖੁਆਰੀ ਕਰਕੇ ਬਹੁਤ ਪਰੇਸ਼ਾਨੀ ਨਾਲ ਕਾਫੀ ਜ਼ਿਆਦਾ ਲੋਕਾਂ ਨੇ ਇਸ ਦੇ ਮਲਬੇ ਦੇ ਵਿੱਚੋਂ ਬਾਹਰ ਕੱਢਿਆ, ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀ ਅਤੇ ਐਂਬੂਲੈਂਸ ਬਹੁਤ ਲੇਟ ਆਈ ਹੈ, ਜਿਸ ਕਾਰਨ ਜਲਦੀ ਆਪੋ ਆਪਣੇ ਨਿੱਜੀ ਵਹੀਕਲਾਂ 'ਚ ਇੱਥੋਂ 3 ਗੱਡੀਆਂ 'ਚ ਉਹਨਾਂ ਨੂੰ ਅਲੱਗ ਅਲੱਗ ਲੈ ਕੇ ਗਏ ਨੇ। ਉਸ ਸਮੇਂ ਮਾਤਾ ਜੀ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ, ਅਤੇ ਬਾਕੀ ਥੋੜ੍ਹਾ ਜਿਹਾ ਬੋਲਦੇ ਸੀਗੇ ਚਾਚਾ ਅਤੇ ਚਾਚੀ ਜੀ। ਕਿੰਨਾ ਕੁ ਨੁਕਸਾਨ ਲੱਗਦਾ ਜੀ, ਅਤੇ ਕਿੰਨੇ ਕੁ ਬੰਦੇ ਥੱਲੇ ਬੈਠੇ ਸੀ? ਨੁਕਸਾਨ ਤਾਂ ਜੀ, ਇੱਕ ਤਾਂ ਗੱਡੀ ਖੜ੍ਹੀ ਹੈ, ਨਵੀਂ ਗੱਡੀ ਹੈ ਜੀ, ਇੱਕ ਮੋਟਰਸਾਈਕਲ ਆ ਬੋਲਟ, ਲਗਭਗ 6-7 ਲੱਖ ਰੁਪਏ ਦੀ ਗੱਡੀ ਆ, 2-2.5 ਲੱਖ ਰੁਪਏ ਦਾ ਅੱਜ ਕੱਲ੍ਹ ਬੋਲਟ ਆਉਂਦਾ ਜੀ। ਉਹ ਤਾਂ ਚਲੋ ਵਹੀਕਲਾਂ ਦਾ ਨੁਕਸਾਨ ਆ, ਜਿਹੜਾ ਜਾਨੀ ਨੁਕਸਾਨ ਆ, ਜਿਹੜਾ ਸਾਨੂੰ ਪਤਾ ਲੱਗਿਆ ਡਾਕਟਰਾਂ ਨਾਲ ਉੱਧਰ ਰਾਬਤੇ 'ਚ, ਮੁੰਡੇ ਸਾਡੇ ਗਏ ਸੀ ਲੈ ਕੇ, ਵੀ ਮਾਤਾ ਜੀ ਦੀ ਜਿਹੜੀ ਰਾਤ ਸੀ, ਮਾਤਾ ਜੀ ਸਵਰਗਵਾਸ ਹੋ ਗਏ ਨੇ, ਅਤੇ ਚਾਚਾ ਜੀ ਅਤੇ ਚਾਚੀ ਜੀ ਨੂੰ ਅਮਰੀਕ ਸਿੰਘ ਨੂੰ ਅਤੇ ਚਾਚੀ ਹਰਜਿੰਦਰ ਕੌਰ ਨੂੰ ਚੰਡੀਗੜ੍ਹ ਜਿਹੜਾ PGI ਰੈਫਰ ਕਰ ਦਿੱਤਾ ਸੀਗਾ। ਅਤੇ ਅਮਰੀਕ ਸਿੰਘ ਦੀ ਕਿੰਨੀ ਕੁ ਉਮਰ ਹੈ ਜੀ ਉਹਨਾਂ ਦੀ? ਅਮਰੀਕ ਸਿੰਘ ਦੀ ਉਮਰ ਲਗਭਗ 55-60 ਸਾਲ ਦੇ ਵਿੱਚ ਆਈ, ਅਤੇ ਉਹਨਾਂ ਦੀ ਮਿਸਿਜ ਦੀ? ਉਹਨਾਂ ਦੀ ਉਮਰ ਵੀ 52-53 ਸਾਲ ਆ ਜੀ। ਪ੍ਰਸ਼ਾਸਨ ਦਾ ਅਧਿਕਾਰੀ ਰਾਤ ਤੋਂ ਲੈ ਕੇ ਹੁਣ ਤੱਕ ਕੋਈ ਨਹੀਂ ਪਹੁੰਚਿਆ, ਕਿਵੇਂ ਦੇਖਦੇ ਚੀਜ਼ ਨੂੰ? ਉੱਧਰੋਂ ਰਾਬਤੇ ਨਾਲ ਜੇ ਕੋਈ ਪ੍ਰਸ਼ਾਸਨ ਨਾਲ ਰਾਬਤਾ ਹੋਇਆ ਜਾਂ ਕਿਸੇ ਨੇ ਫੋਨ ਵਗੈਰਾ ਕੀਤਾ ਤਾਂ ਸ਼ਾਇਦ ਮੈਨੂੰ ਉਹਨਾਂ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਵੀ ਪ੍ਰਸ਼ਾਸਨ ਪਹੁੰਚਿਆ ਜਾਂ ਨਾ ਪਹੁੰਚਿਆ। ਵੈਸੇ ਸਾਡੇ ਇਹ ਜ਼ਿੰਮੇਵਾਰ ਵਿਅਕਤੀ ਤੇ ਇੱਥੇ ਮੁੰਡੇ ਸਾਰੇ ਆਏ ਹੋਏ ਤੇ ਕਿ ਉਹਨਾਂ ਨੇ ਫੋਨ ਵਗੈਰਾ ਕੀਤੇ ਨੇ, ਐਂਬੂਲੈਂਸ ਜੀ ਆ ਗਈ ਸੀ, ਥੋੜ੍ਹਾ ਜਿਹਾ 10 ਮਿੰਟ ਲੇਟ ਆਈ ਹੈਗੀ। ਉਸ ਤੋਂ ਪਹਿਲਾਂ ਆਪਾਂ ਨੂੰ ਹੁੰਦਾ ਹੀ ਆ ਵੀ ਜਲਦੀ ਮੁੱਢਲੀ ਸਹਾਇਤਾ ਦੇਣ ਵਾਸਤੇ ਆਪਾਂ ਨੇੜੇ ਦੇ ਹਸਪਤਾਲ 'ਚ ਲੈ ਜਾਈਏ, ਸੰਗਰੂਰ ਲੈ ਗਏ, ਸੰਗਰੂਰ ਤੋਂ CT ਸਕੈਨ ਕਰਕੇ ਤੋਂ ਪਤਾ ਲੱਗਿਆ ਵੀ ਜਿਹੜੀ ਦੋਨਾਂ ਜੀਆਂ ਦੇ ਟੂਹੀ ਦੇ ਵਿੱਚ ਕਾਫੀ ਜ਼ਿਆਦਾ ਸੱਟ ਹੈਗੀ, ਅਤੇ ਉਸ ਕਾਰਨ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ ਸੀ ਰਾਤ ਜੀ। ਚੜ੍ਹਦੀ ਕਲਾ ਟਾਈਮ TV ਲਈ ਭਵਾਨੀਗੜ੍ਹ ਤੋਂ ਹਰਕਵਲ ਹੈਪੀ ਦੀ ਰਿਪੋਰਟ।